ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹਿੱਸੇ ਰੂਪਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦੁਬਜੇ ਪੜਾ ਲਈ 10ਵੀਂ ਅਤੇ 12ਵੀਂ ਕਲਾਸ ਦੀ ਡੇਟ ਸ਼ੀਟ ਕੀਤੀ ਜਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦੂਜੇ ਪੜਾਅ ਲਈ 10ਵੀਂ ਅਤੇ 12ਵੀਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ 12ਵੀਂ ਦੀਆਂ ਪ੍ਰੀਖਿਆਵਾਂ ਅਗਾਮੀ 22 ਅਪ੍ਰੈਲ ਤੋਂ ਸ਼ੁਰੂ ਹੋ ਕੇ 23 ਮਾਰਚ ਤੱਕ ਚੱਲਣਗੀਆਂ 10ਵੀਂ ਦੇ ਪੇਪਰ 29 ਅਪ੍ਰੈਲ ਤੋਂ ਸ਼ੁਰੂ ਹੋ ਕੇ 19 ਮਈ ਤੱਕ ਚੱਲਣਗੇ 12ਵੀਂ ਦੀਆਂ ਪ੍ਰੀਖਿਆਵਾਂ ਦਾ ਸਮਾਂ ਦੁਪਹਿਰ 2 ਵਜੇ ਹੋਵੇਗਾ ਜਦਕਿ 10ਵੀਂ ਦੀਆਂ ਪ੍ਰੀਖਿਆਵਾਂ ਦਾ ਸਮਾਂ ਸਵੇਰੇ 10 ਵਜੇ ਹੋਵੇਗਾ ਪ੍ਰੈਕਟੀਕਲ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਨੂੰ ਬਾਅਦ ਦੇ ਵਿੱਚ ਜਾਣਕਾਰੀ ਦਿੱਤੀ ਜਾਵੇਗੀ ਆਮ ਆਦਮੀ ਪਾਰਟੀ ਦੇ ਸਾਰੇ ਪੰਜ ਉਮੀਦਵਾਰ ਪੰਜਾਬ ਤੋਂ ਰਾਜ ਸਭਾ ਲਈ ਬਿਨਾ ਮੁਕਾਬਲਾ ਜੇਤੂ ਕਰਾਰ ਪੰਜਾਬ ਦੇ ਵਿੱਚ ਰਾਜ ਸਭਾ ਦੇ ਲਈ ਆਮ ਆਦਮੀ ਪਾਰਟੀ ਨੇ ਪੰਜੇ ਮੈਂਬਰ ਨਿਰਵਿਰੋਧ ਜਿੱਤ ਗਏ ਹਨ ਆਮ ਆਦਮੀ ਪਾਰਟੀ ਦੇ ਪੰਜ ਮੈਂਬਰਾਂ ਤੋਂ ਇਲਾਵਾ ਕਿਸੇ ਹੋਰ ਨੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ ਇਸ ਲਈ ਬਗੈਰ VOTING ਦੇ ਹੀ ਆਮ ਆਦਮੀ ਪਾਰਟੀ ਦੇ ਪੰਜ ਰਾਜ ਸਭਾ ਮੈਂਬਰ ਚੁਣੇ ਗਏ ਹਨ ਇਸ ਬਾਬਤ ਜਾਣਕਾਰੀ ਦਿੰਦਿਆ ਰਿਟਰਨਿੰਗ ਅਫਸਰ ਰਾਜ ਸਭਾ ਚੋਣ ਪੰਜਾਬ 2022 ਕਮ ਪੰਜਾਬ ਵਿਧਾਨ ਸਭਾ ਦੇ ਸਕੱਤਰ सुरेंद्र ਪਾਲ ਨੇ ਦੱਸਿਆ ਕਿ ਦੋ ਪੜਾਵਾਂ ਵਿੱਚ ਹੋ ਰਹੀ ਵਿਧਾਨ ਸਭਾ ਦੀ ਚੋਣ ਪੰਜਾਬ 2022 ਦੇ ਲਈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾਕਟਰ ਸਰਨਾ ਰਾਜੂ ਨੇ ਜਿਨ੍ਹਾਂ ਨੇ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਇਹਨਾਂ ਚੋਣਾਂ ਦੇ ਲਈ ਆਬਜ਼ਰਵਰ ਨਿਯੁਕਤ ਕੀਤਾ ਗਿਆ ਸੀ ਦੀ ਨਿਗਰਾਨੀ ਹੇਠ ਚੋਣ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਨੇਪੜੇ ਚਾੜਿਆ ਗਿਆ ਹੈ ਪੰਜਾਬ ਵਿੱਚ 31 ਮਾਰਚ ਤੋਂ ਬੇਟੀਆਂ ਨੂੰ ਮਿਲਣਗੇ 21000 ਰੁਪਏ ਜਾਣੋ ਕਿਵੇਂ ਤੇ ਕਿਸ ਸਕੀਮ ਦੇ ਵਿੱਚ ਜਾਣਨ ਦੇ ਲਈ ਜੇਕਰ ਤੁਸੀਂ ਵੀ 21000 ਰੁਪਏ ਲੈਣਾ ਚਾਹੁੰਦੇ ਹੋ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਯੈਸ ਲਿਖੋ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ ਜੀ ਮੁੱਖ ਮੰਤਰੀ ਇਸਤਰੀ ਬਾਲ ਅਤੇ ਵਿਕਾਸ ਮੰਤਰੀ ਵੱਜੋਂ ਸੌ ਚੱਕਦਿਆਂ ਹੀ 3 ਨੂੰ ਤੋਹਫਾ ਦਿੱਤਾ ਹੈ। ਦਰਅਸਲ ਕੈਬਨਿਟ ਮੰਤਰੀ ਬਲਜੀਤ ਕੌਰ ਨੇ 3ਾਂ ਦੇ ਲਈ ਵਜੀਫੇ ਅਤੇ ਸਕੀਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦਾ ਐਲਾਨ ਕੀਤਾ ਹੈ। ਉਹਨਾਂ ਦੇ ਮੁਤਾਬਕ ਕਿ 31 ਮਾਰਚ ਤੋਂ ਬੇਟੀਆਂ ਦੇ ਵਜੀਫੇ ਅਤੇ ਸਕੀਮਾਂ ਦਾ લાભ ਮਿਲਣਾ ਸ਼ੁਰੂ ਹੋ ਜਾਵੇਗਾ। ਔਰਤਾਂ ਦੀ ਸੁਰੱਖਿਆ ਨਾਲ ਸੰਬੰਧਿਤ ਕਾਨੂੰਨਾਂ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਦੀ ਲੋੜ ਤੇ ਜ਼ੋਰ ਦਿੰਦਿਆਂ ਬਲਜੀਤ ਕੌਰ ਨੇ ਦੱਸਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਤੇ ਸ਼ਗਨ ਸਕੀਮ 31 ਮਾਰਚ ਤੱਕ ਲਾਗੂ ਕਰ ਦਿੱਤੀ ਜਾਵੇਗੀ ਜਿਆਦਾ ਜਾਣਕਾਰੀ ਦੇ ਲਈ ਚੈਨਲ ਤੇ ਪਾਈ ਹੋਈ ਸ਼ਾਰਟ ਵੀਡੀਓ ਚੈੱਕ ਕਰੋ ਐਸਆਈ ਦੇ ਰਿਸ਼ਵਤ ਲੈਣ ਦੇ ਇਲਜ਼ਾਮ ਲੋਕਾਂ ਨੇ ਬਣਾਈ ਵੀਡੀਓ ਮੱਚਿਆ ਹੰਗਾਮਾ ਤਾਂ ਥਾਣੇ ਪਹੁੰਚਿਆ ਐਮਐਲਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਵਿਰੋਧੀ ਮਹਿੰਮ ਨੂੰ ਲੈ ਕੇ ਇੱਕ ਨੰਬਰ ਜਾਰੀ ਕੀਤਾ ਜਿਸ ਤੇ ਪੰਜਾਬ ਦਾ ਕੋਈ ਵੀ ਅਧਿਕਾਰੀ ਜਾਂ ਕੋਈ ਵੀ ਸਿਆਸਤਦਾਨ ਰਿਸ਼ਵਤ ਮੰਗ ਕਰਦਾ ਤਾਂ ਉਸ ਦੀ ਵੀਡੀਓ ਜਾਂ ਆਡੀਓ ਭੇਜ ਕੇ ਉਸ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਪਤਾ ਲੱਗਦਾ ਹੈ ਕਿ ਪੰਜਾਬ ਪੁਲਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਦੀਆਂ ਹਦਾਇਤਾਂ ਦਾ ਕੋਈ ਡਰ ਨਹੀਂ ਮਾਮਲਾ ਅੰਮ੍ਰਿਤਸਰ ਦੇ ਕੋਟ ਖਾਲਸਾ ਦਾ ਹੈ ਜਿੱਥੇ ਦੇਰ ਰਾਤ ਇੱਕ ਪੁਲਿਸ ਅਧਿਕਾਰੀ ਨੇ ਇਲਾਕੇ ਦੇ ਵਿੱਚ ਇੱਕ ਦੁਕਾਨਦਾਰ ਤੋਂ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਅਨਿਲ ਨਾਮ ਦਾ ਨੌਜਵਾਨ ਕੋਟ ਖਾਲਸਾ ਵਿਖੇ ਖਾਣ ਪੀਣ ਦੀ ਦੁਕਾਨ ਚਲਾਉਂਦਾ ਉਸ ਦਾ ਕਹਿਣਾ ਹੈ ਕਿ ਬੀਤੀ ਰਾਤ ਕੁਝ ਨੌਜਵਾਨਾਂ ਨੇ ਉਸ ਦੀ ਦੁਕਾਨ ਤੇ ਖਾਣ ਪਾਣ ਆਏ ਤੇ ਉੱਥੇ ਬੈਠ ਕੇ ਸ਼ਰਾਬ ਪੀਣ ਲੱਗੇ ਜਦੋਂ ਮਨਾ ਕਰ ਦਿੱਤਾ ਤਾ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਜਿਸ ਤੋਂ ਬਾਅਦ ਦੁਕਾਨਦਾਰ ਉਸ ਨੂੰ ਰੋਕ ਨਹੀਂ ਸਕਿਆ ਜਿਸ ਕਰਕੇ ਇਲਾਕੇ ਦੀ ਪੁਲਿਸ ਪਾਰਟੀ ਪਹੁੰਚ ਗਈ ਤੇ ਜਿਸ ਨੇ ਦੁਕਾਨਦਾਰ ਨੂੰ ਸ਼ਰਾਬ ਪੀਣ ਦੇ ਦੋਸ਼ੇਟਾ ਗ੍ਰਿਫਤਾਰ ਕਰਨ ਦੀ ਗੱਲ ਕੀਤੀ ਤਾਂ ਉਕਤ ਦੁਕਾਨਦਾਰ ਨੂੰ ਬੁਲਾਇਆ ਗਿਆ ਦੁਕਾਨਦਾਰ ਨੇ ਥਾਣੇਦਾਰ ਤੋਂ 10000 ਰੁਪਏ ਦੀ ਰਿਸ਼ਵਤ ਮੰਗ ਕਰਦੇ ਹੋਏ ਉਕਤ ਦੁਕਾਨਦਾਰ ਨੇ ਜਦੋਂ ਪੁਲਿਸ ਅਧਿਕਾਰੀ ਨੂੰ ਪੈਸੇ ਦੇਣ ਲਈ ਪਹੁੰਚਿਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਸਾਈਕਲ ਦੀ ਦੁਕਾਨ ਕਰਨ ਵਾਲੇ ਵਿਅਕਤੀ ਤੋਂ ਫੜ ਲਿਆ ਫੜ ਲਿਆ ਲਵੋ ਜਦੋਂ ਦੁਕਾਨਦਾਰ ਉਸ ਦੇ ਬਾਹਰ ਰਿਸ਼ਵਤ ਫੜਾਉਣ ਗਿਆ ਤਾਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬਣਾਈ ਗਈ ਭ੍ਰਸ਼ਟਾਚਾਰ ਵਿਰੋਧੀ ਮਹਿੰਮ ਦੇ ਚੱਲਦਿਆਂ ਪੈਸੇ ਦੇਣ ਦੀ ਵੀਡੀਓ ਬਣਾਈ ਤਾਂ ਦੁਕਾਨਦਾਰ ਵੱਲੋਂ ਦਿੱਤੇ ਨੋਟਾਂ ਦੇ ਨੰਬਰ ਵੀ ਨੋਟ ਕਰ ਲਏ ਗਏ। ਖਬਰ ਫਗਵਾੜਾ ਤੋਂ ਅੱਜ ਇੱਥੇ ਮੁਰਗੇ ਅਤੇ ਬੱਕਰੇ ਦੇ ਮੀਟ ਦਾ ਲੰਗਰ ਲਾਇਆ Hindu ਸੰਗਠਨਾ ਦੇ ਵੱਲੋਂ ਵਿਰੋਧ। ਪੰਜਾਬ ਦੇ ਵਿੱਚ ਧਰਤੀ ਗੁਰੂਆਂ ਤੇ ਪੀਰਾ ਪਕੰਬਰਾਂ ਦੀ ਧਰਤੀ ਇਸ ਧਰਤੀ ਦੇ ਜਿੱਥੇ ਸ਼ਰਧਾਲੂਆਂ ਦੀ ਆਪਣੇ ਧਰਮ ਪ੍ਰਤੀ ਕਾਫੀ ਆਸਥਾ ਹੈ ਸ਼ਰਧਾਲੂ ਆਪਣੀ ਆਸਥਾ ਮੁਤਾਬਕ ਪਰਮਾਤਮਾ ਦੇ ਨਾਂ ਤੇ ਜਿੱਥੇ ਕਾਫੀ ਪੁੰਨਦਾਨ ਕਰਦੇ ਨੇ ਉੱਥੇ ਲੰਗਰ ਵੀ ਲਾਉਂਦੇ ਨੇ ਅਕਸਰ ਤੁਸੀਂ ਬਹੁਤ ਵਾਰ ਲੰਗਰਾਂ ਨੂੰ ਸੁਣਿਆ ਹੋਵੇਗਾ ਸ਼ੱਕਿਆ ਹੋਵੇਗਾ ਪਰ ਤੁਹਾਨੂੰ ਇੱਕ ਅਜਿਹਾ ਲੰਗਰ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ ਲੰਗਰ ਸਥਾਨ ਜੋ ਪਤੀਲੇ ਤੁਸੀਂ ਦੇਖ ਰਹੇ ਹੋ ਪਤੀਲੇ ਚ ਦਾਲ ਸਬਜ਼ੀ ਨਹੀਂ ਸਗੋ ਮੀਟ ਹੈ ਪ੍ਰਬੰਧਕਾਂ ਦੇ ਵੱਲੋਂ ਮੁਰਗੇ ਅਤੇ ਬੱਕਰੇ ਦਾ ਮੀਟ ਦਾ ਲੰਗਰ ਲਾਇਆ ਗਿਆ ਹੈ ਸੋ ਅਜਿਹੀਆਂ ਚੀਜ਼ਾਂ ਵਰਜਿਤ ਨੇ ਸੋ ਲੰਗਰ ਦੀ ਸੂਚਨਾ ਮਿਲਦੇ ਹੀ ਹਿੰਦੂ ਸੰਗਠਨ ਲੰਗਰ ਵਾਲੀ ਜਗ੍ਹਾ ਤੇ ਪਹੁੰਚ ਕੇ ਤੇ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਇਸ ਨੂੰ ਬੰਦ ਕਰਵਾ ਦਿੱਤਾ सीएम मानदेव ਵੱਲੋਂ ਕੇਂਦਰ ਤੋਂ ਮੰਗੇ ਵਿਸ਼ੇਸ਼ ਪੈਕੇਜ ਤੇ ਮਨਜਿੰਦਰ ਸਿਰਸਾ ਦਾ ਵੱਡਾ ਬਿਆਨ ਹੈ ਜੀ ਉਹਨਾਂ ਨੇ ਪੀਐਮ ਮੋਦੀ ਕੋਲੋਂ ਪੰਜਾਬ ਲਈ 2 ਸਾਲਾਂ ਲਈ 1 ਲੱਖ ਕਰੋੜ ਦਾ ਪੈਕੇਜ ਮੰਗਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿਰਸਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹਮਲਾ ਬੋਲਿਆ ਉਹਨਾਂ ਨੇ ਲਿਖਿਆ ਕਿ ਵੋਟਾਂ ਹਾਸਲ ਕਰਨ ਲਈ ਆਮ ਆਦਮੀ ਪਾਰਟੀ ਵੱਲੋਂ ਮੁਫਤ ਐਲਾਨ ਕੀਤੇ ਗਏ ਪਰ ਹੁਣ ਉਹਨਾਂ ਨੇ ਆਪਣੇ ਵਾਅਦੇ ਪੂਰੇ ਕਰਨ ਲਈ ਕੇਂਦਰ ਦੇ ਸਮਰਥਨ ਦੀ ਲੋੜ ਹੈ ਮੁਆਵਜ਼ੇ ਦੇ ਲਈ ਕਰੋਨਾ ਨਾਲ ਮੌਤਾਂ ਦਾ ਸਰਟੀਫਿਕੇਟ ਵਿਖਾਉਣ ਤੇ ਹੁਣ ਹੋਵੇਗੀ ਜਾਂਚ ਸੁਪਰੀਮ ਕੋਰਟ ਦਾ ਹੁਕਮ ਕਰੋਨਾ ਤੇ ਫਰਜੀ ਮੌਤ ਸਰਟੀਫਿਕੇਟ ਦਿਖਾ ਕੇ ਮੁਆਵਜ਼ਾ ਲੈਣ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਸਰਕਾਰ ਜਾਂਚ ਕਰੇਗੀ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਇਸ ਦੀ ਇਜਾਜ਼ਤ ਦੇ ਦਿੱਤੀ ਹੈ ਅਦਾਲਤ ਨੇ ਕਿਹਾ ਕਿ ਪਹਿਲਾਂ ਮਹਾਰਾਸ਼ਟਰ ਕੇਰਲ ਗੁਜਰਾਤ ਤੇ ਆਂਧਰਾ ਪ੍ਰਦੇਸ਼ ਵਿੱਚ ਅਜਿਹੇ ਮੁਆਵਜ਼ੇ ਘੱਟੋ-ਘੱਟ 5% ਦਾ ਦਾਅਵਾ ਦੀ ਤਸਦੀਕ ਕਰੋ ਪਤਾ ਲੱਗੇ ਕਿ ਕਿੰਨੇ ਸੱਚ ਨੇ ਤੇ ਕਿੰਨੇ ਫਰਜੀ ਨੇ ਮਾਫੀ ਦੇ ਲਈ ਅਰਜੀ ਦੇਣ ਲਈ 90 ਦਿਨ ਦਾ ਸਮਾਂ ਦਿੱਤਾ ਗਿਆ ਜੀ ਹੁਣ ਤੱਕ 6 ਲੱਖ ਦਾ ਮਾਫਦਾ ਲੋਕਾਂ ਨੂੰ ਮਿਲ ਚੁੱਕਾ ਹੈ ਐਸ்சிਪੀਸੀ ਚੋਣਾਂ ਨੂੰ ਲੈ ਕੇ ਪ੍ਰਕਾਸ਼ ਸਿੰਘ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਜੀ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਪੰਜ ਵਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨੇ ਐਸ்சிਪੀਸੀ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਬਾਦਲ ਦਾ ਕਹਿਣਾ ਹੈ ਕਿ ਅਕਾਲੀ ਦਲ ਐਸਜੀਪੀਸੀ ਤੇ ਵਰਕਰਾਂ ਨੂੰ ਇਨ੍ਹਾਂ ਚੋਣਾਂ ਲਈ ਤਿਆਰ ਰਹਿਣਾ ਚਾਹੀਦਾ ਹੈ ਚੋਣ ਹਾਰਨ ਤੋਂ ਬਾਅਦ ਵੀ ਅਕਾਲੀ ਦਲ ਸਰਗਰਮ ਨਜ਼ਰ ਆ ਰਿਹਾ ਹੈ ਉਹਨਾਂ ਨੇ ਕਿਹਾ ਜੀ ਗਲਤੀਆਂ ਨੂੰ ਸੁਧਾਰਨ ਲਈ ਕਮੇਟੀ ਬਣਾਈ ਆ ਕਮੇਟੀ ਵੱਲੋਂ ਜਾਂਚ ਤੋਂ ਬਾਅਦ ਰਿਪੋਰਟ ਕੋਰ ਕਮੇਟੀ ਨੂੰ ਸੌਂਪੀ ਜਾਵੇਗੀ ਸੁਖਬੀਰ ਬਾਦਲ ਨੂੰ ਹਾਈ ਕੋਰਟ ਤੋਂ ਰਾਹਤ ਆ ਜੀ 23 ਅਗਸਤ ਤੱਕ ਗ੍ਰਿਫਤਾਰੀ ਤੇ ਰੋਕ ਲਾ ਦਿੱਤੀ ਗਈ ਆ ਅੰਤਰਿਮ ਜ਼ਮਾਨਤ ਹੁਣ 23 ਅਗਸਤ ਤੱਕ ਵਧਾ ਦਿੱਤੀ ਗਈ ਆ ਜਨਵਰੀ 2017 ਚ ਚੰਦੀਗੜ੍ਹ ਕੇਜਰੀਵਾਲ ਦੇ ਬਿਆਨ ਦੇਣ ਤੇ ਚੰਦੀਗੜ੍ਹ ਵਿੱਚ ਮਾਨ ਹਾਨੀ ਦੀ ਸ਼ਿਕਾਇਤ ਦਰਜ ਕੀਤੀ ਗਈ ਸੀ 2017 ਦੇ ਵਿਧਾਨ ਸਭਾ ਚੋਣਾਂ ਦਾ ਜਦੋਂ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ਤੇ ਸੰਤ ਸੁਖਬੀਰ ਬਾਦਲ ਨੇ ਬਿਆਨ ਹੁੰਦੇ ਦਿੰਦੇ ਹੋਏ ਕਿਹਾ ਸੀ ਕਿ ਕੇਜਰੀਵਾਲ ਪੰਜਾਬ ਦੇ ਅੱਤਵਾਦੀਆਂ ਨੂੰ ਮਿਲ ਰਹੇ ਹਨ ਤੇ ਖੰਡ ਕੀਰਤਨੀ ਜਥੇ ਨਾਲ ਨਾਸ਼ਤਾ ਕੀਤਾ ਜੋ ਕਿ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਰਾਜਨੀਤਿਕ ਫਰੰਟ ਹੈ ਮੁਫਤ ਸਫ਼ਰ ਲਈ ਮੁੰਡਾ ਬਣਿਆ ਕੁੜੀ ਕੰਡਕਟਰ ਨੇ ਕੀਤਾ ਕਾਬੂ ਮੁੰਡਾ ਕੁੜੀ ਦੇ ਕੱਪੜੇ ਪਾ ਕੇ ਦਿੱਲੀ ਦੀ ਡੀਟੀਸੀ ਬੱਸ ਵਿੱਚ ਸਫਰ ਕਰਦਾ ਫੜਿਆ ਗਿਆ ਜਿਸ ਦੀ ਵੀਡੀਓ ਦਿਖਾ ਰਿਹਾ ਮੁੰਡਾ ਬੱਸ ਦੇ ਵਿੱਚ ਬੈਠਾ ਤੇ ਬੱਸ ਕੰਡਕਟਰ ਉਸ ਨੂੰ ਮਾਸਕ ਉਤਾਰਨ ਲਈ ਕਹਿ ਰਿਹਾ ਸੋ ਵੀਡੀਓ ਇੰਟਰਨੈਟ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਮੁੱਖ ਮੰਤਰੀ ਵੱਲੋਂ ਨੰਬਰ ਜਾਰੀ ਹੁੰਦੇ ਹੀ ਐਕਸ਼ਨ ਮੂਡ ਦੇ ਵਿੱਚ ਆਮ ਲੋਕ ਵੀਡੀਓ ਬਣਾ ਕੇ ਖੋਲੀ ਸਰਕਾਰੀ ਮੁਲਾਜ਼ਮਾਂ ਦੀ ਪੋਲ ਸੁਵਿਧਾ ਸੈਂਟਰ ਦੇ ਵਿੱਚ ਮੁਲਾਜ਼ਮਾਂ ਦੇ ਉੱਥੇ ਕੰਮ ਕਰਵਾਉਣ ਵਾਲੇ ਲੋਕਾਂ ਨਾਲ ਬੈਸਬਾਜ਼ੀ ਸ਼ੁਰੂ ਕਰ ਦਿੱਤੀ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਲੁਧਿਆਣਾ ਦੇ ਵਿੱਚ 5 ਜਾਂ 5 ਤੋਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ ਤੇ ਪਾਬੰਦੀ ਲਾ ਦਿੱਤੀ ਗਈ ਹੈ ਇਹ ਸੇ ਵੱਡੀ ਖਬਰ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਨਾਲ ਜੁੜੀ ਹੋਈ ਹੈ ਜੇ ਪੰਜਾਬ ਦੇ ਨਾਲ ਜੁੜੀ ਹੋਈ ਹੈ ਜਿੱਥੇ ਡਿਪਟੀ ਕਮਿਸ਼ਨਰ ਪੁਲਿਸ ਇਨਵੈਸਟੀਗੇਸ਼ਨ ਵਰਿੰਦ ਲੁਧਿਆਣਾ ਵਰਿੰਦਰ ਸਿੰਘ ਬਰਾੜ ਪੀਪੀਐਸ ਨੇ ਜਾਪਤਾ ਫੌਜਦਾਰੀ ਸੰਘਤਾ 1973 74 ਦੇ ਐਕਟ ਦੀ 2 ਦੀ ਤਾਰਾ 144 ਸੀਆਰਪੀਸੀ ਅਧੀਨ ਸੌਂਪੇ ਗਏ ਅਧਿਕਾਰਾਂ ਦੀ ਵਰਤੋਂ ਕਰਦੇ ਆਂ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਅੰਦਰ 5 ਜਾਂ 5 ਤੋਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ ਤੇ ਪਾਬੰਦੀ ਦੇ ਹੁਕਮ ਲਾ ਦਿੱਤੇ ਨੇ ਪਬਲਿਕ ਹਿੱਤ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਇਹ ਜਿਹੜੇ ਬੰਦੇ ਇਕੱਤਰ ਹੋਣ ਧਰਨੇ ਜਲੂਸ ਰੈਲੀਆਂ ਆਨ ਤੇ ਪੂਰਨ ਮਨਾਹੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਮਰੀਕਾ ਦੀ ਲੜਾਈ ਫੇਸਬੁੱਕ ਤੇ ਬਣੀ ਫਰੈਂਡ ਸੱਤ ਸਮੁੰਦਰੋਂ ਪਾਰ ਪਿਆਰ ਪਾਉਣ ਲਈ ਪਹੁੰਚੀ ਪਠਾਨਕੋਟ ਸੋ ਵੱਡੀ ਖਬਰ ਹੈ ਜੇ ਅਮਰੀਕਾ ਦੀ ਲੜਕੀ ਫੇਸਬੁਕ ਤੇ ਜਿਹੜੀ ਫਰੈਂਡ ਬਣੀ ਸੀ ਸੱਤ ਸਮੁੰਦਰਾਂ ਤੋਂ ਪਾਰ ਪਿਆਰ ਪਾਉਣ ਦੇ ਲਈ ਪੰਜਾਬ ਦੇ ਪਠਾਨਕੋਟ ਵਿੱਚ ਪਹੁੰਚ ਗਈ ਹੈ ਜੀ ਪਠਾਨਕੋਟ ਦੇ ਮੁਹੱਲਾ ਲਮੀਨੀ ਦੇ ਰਹਿਣ ਵਾਲੇ ਨੌਜਵਾਨ ਨੀਰਜ ਕੁਮਾਰ ਅਜ ਅਮਰੀਕਾ ਦੀ ਗੇਰਲਿਨ ਟਟਾਨਾ ਨਾਲ ਪਠਾਨਕੋਟ ਵਿਖੇ ਉਸ ਦਾ ਵਿਆਹ ਹੋ ਗਿਆ ਜੀ ਆਨੰਦਕਾਰ ਦ ਸਿੱਖ ਪਰੰਪਰਾਵਾਂ ਦੇ ਨਾਲ ਹੋਏ ਨੇ ਜਿਹੜਾ ਕਿ ਇੱਕ ਖੇਚ ਦਾ ਕੇਂਦਰ ਬਣਿਆ ਰਿਹਾ ਹਾਲੀ ਸ਼ਾਨ ਕੋਠੀਆਂ ਵਾਲੇ ਮੰਤਰੀ ਬਹੁਤ ਦੇਖੇ ਹੋਣਗੇ ਪਰ ਨਵੇਂ ਬਿਜਲੀ ਮੰਤਰੀ ਦਾ ਕਾਰ ਦੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ ਆਮ ਆਦਮੀ ਪਾਰਟੀ ਦੇ ਬਧਾਇਕ ਅਤੇ ਬਿਜਲੀ ਮੰਤਰੀ ਹਰਪਦਨ ਸਿੰਘ ਈਟੀਓ ਦਾ ਘਰ ਜਾ ਕੇ ਉਹਨਾਂ ਦਾ ਜਨਮ ਇੱਕ ਤੰਗ ਜਹੀ ਗਲੀ ਦੇ ਵਿੱਚ ਸਥਿਤ ਘਰ ਚ ਹੋਇਆ ਜਿੱਥੇ ਰਹਿ ਕੇ ਉਹਨਾਂ ਨੇ ਆਪਣੀ ਪੂਰੀ ਪੜਾਈ ਪੂਰੀ ਕੀਤੀ ਮੰਤਰੀ ਬੰਨਨ ਪਿੱਛੋਂ ਜਾਦੀਕਰ ਪੁੱਜੇ ਹਰਪਦਨ ਸਿੰਘ ਈਟੀਓ ਦੀਆਂ ਅੱਖਾਂ ਵਿੱਚ ਹੰਝੂ ਸਨ ਇਸ ਤਰ੍ਹਾਂ ਉਹਨਾਂ ਨੇ ਗੱਲਬਾਤ ਕਰਦਾ ਦੱਸਿਆ ਕਿ ਮੈਂ ਪਹਿਲੀ ਤੋਂ ਪੰਨਵੀ ਤੱਕ ਪੜਾਈ ਗਵਰਨਮੈਂਟ ਐਲੀਮੈਂਟਰੀ ਸਕੂਲ ਤੋਂ ਕੀਤੀ ਹੈ ਪਹਿਲੀ ਵਾਰ ਹਰਨ ਨੇ ਬੋਲਦੇ ਉਹਨਾਂ ਨੇ ਕਿ ਅੱਜ ਜਿੰਦਗੀ ਵਿੱਚ ਹਾਰ ਆ ਜਿੱਤਾ ਤਾਂ ਆਉਂਦੀਆਂ ਰਹਿੰਦੀਆਂ ਨੇ ਪਹਿਲੀ ਵਾਰ ਮੈਨੂੰ 34000 ਵੋਟਾਂ ਪਈਆਂ ਸਨ ਲੋਕਾਂ ਨੇ ਬਹੁਤ ਮਾਣ ਦਿੱਤਾ ਉਹਨਾਂ ਨੇ ਕਿਹਾ ਜੀ ਮੈਂ ਬਹੁਤ ਮਿਹਨਤ ਕੀਤੀ ਪਰ ਹੁਣ ਇਸ ਵਾਰ ਮੈਂ ਜਿੱਤ ਗਿਆ ਹਾਂ ਗੈਂਗਸਟਰਾਂ ਦੇ ਨਿਸ਼ਾਨੇ ਤੇ ਪੰਜਾਬੀ ਗਾਇਕ ਗੈਂਗਸਟਰ ਲੱਕੀ ਪਟਿਆਲਾ ਦਾ ਖਾਸ ਗੁਰਗਾ ਹਥਿਆਰਾਂ ਸਣੇ ਗ੍ਰਿਫਤਾਰ ਹੋ ਗਿਆ ਜੀ ਇਸ ਗੱਲ ਦੀ ਪੁਸ਼ਟੀ ਮੁਹਾਲੀ ਦੇ ਐਸਐਸਪੀ ਹਰਜੀਤ ਸਿੰਘ ਨੇ ਕੀਤੀ ਹੈ ਜੋ ਉਹਨਾਂ ਨੇ ਗੱਲਬਾਤ ਕਰਦਾ ਦੱਸਿਆ ਕਿ ਬੰਬੀਹਾ ਗਰੁੱਪ ਅਤੇ ਅਰਮੀਨੀਆ ਜੇਲ੍ਹ ਦੇ ਵਿੱਚ ਬੰਦ ਲक्की ਪਟਿਆਲਾ ਦੇ ਖਾਸ ਗੁਰਗੇ ਯੋਧੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਕੋਲੋਂ ਨਾਜਾਇਜ਼ ਹਥਿਆਰਾਂ ਦੇ ਸਮੇਤ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਪੁਲਿਸ ਨੂੰ ਕਬੱਡੀ ਖਿਡਾਰੀ ਕਤਲकांड ਚ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਜਾਂ ਪ੍ਰੋਡਕਸ਼ਨ ਵਾਰੰਟ ਤੇ ਲਿਆਂਦੇ ਗਏ ਗੈਂਗਸਟਰਾਂ ਤੋਂ ਪੁੱਛਗਿੱਛ ਦੌਰਾਨ ਇਹ ਵੱਡੇ ਖੁਲਾਸੇ ਹੋਏ ਨੇ। ਦੁਨੀਆ ਦੇ ਵਿੱਚ ਕਿਸੇ ਵੀ ਦੇਸ਼ ਦੇ ਨਾਲੋਂ ਭਾਰਤ ਤੋਂ ਸਭ ਤੋਂ ਵੱਧ ਮੈਲਾ ਪਾਇਲਟਸ ਕੇਂਦਰੀ ਮੰਤਰੀ ਸਿੰਧिया ਨੇ ਕੀਤਾ ਦਾਵਾ। ਭਾਰਤ ਦੇ ਮਹਿਲਾ ਸ਼ਕਤੀਕਰਨ ਦੇ ਇੱਕ ਹੋਰ ਖੇਤਰ ਦੇ ਵਿੱਚ ਦੁਨੀਆ ਨੂੰ ਪਿੱਛੇ ਛੱਡ ਦਿੱਤਾ ਜਿਸ ਸੰਸਦ ਵਿੱਚ ਬੁੱਧਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਕੇਂਦਰੀ ਸ਼ਹਿਰੀ ਆਵਾਵਾਦੀ ਮੰਤਰੀ ਜੋਤੀ ਰਾਦਿਤਿਆ ਸਿੰਧੀਆਂ ਨੇ ਕਿਹਾ ਕਿ ਭਾਰਤ ਵਿੱਚ ਮਹਿਲਾ ਪਾਇਲਟ ਕੁੱਲ ਫੋਰਸ ਦਾ 15% ਤੋਂ ਵੱਧ ਨੇ ਉਹਨਾਂ ਨੇ ਸਦਨ ਨੂੰ ਦੱਸਿਆ ਕਿ ਦੁਨੀਆ ਦੇ ਬਾਕੀ ਸਾਰੇ ਦੇਸ਼ਾਂ ਵਿੱਚ ਸਿਰਫ 5% ਪਾਇਲਟ ਔਰਤਾਂ ਨੇ ਭਾਰਤ ਵਿੱਚ ਸਿਰਫ 15% ਤੋਂ ਵੱਧ ਨੇ ਸਰੀ ਵਿੱਚ ਰਹਿੰਦੇ ਪੰਜਾਬੀਆਂ ਦੇ ਲਈ ਖੁਸ਼ਖਬਰੀ ਆ ਰਹੀ ਹੈ ਜੀ ਸਾਬਕਾ ਐਮਪੀ ਜਸਬੀਰ ਸੰਧੂ ਸਿਟੀ ਕਾਉਂਸਲ ਦੀਆਂ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਹਨ ਤੇ 2011 ਤੋਂ 2015 ਤੱਕ ਐਨਡੀਪੀ ਵੱਲੋਂ ਐਮਪੀ ਰਹੇ ਸੰਧੂ ਦਾ ਕਹਿਣਾ ਹੈ ਕਿ ਉਹ ਨਗਰ ਕਾਉਂਸਲ ਰਾਹੀਂ ਸ਼ਹਿਰ ਵਾਸੀਆਂ ਨੂੰ ਵਧੀਆ ਸਹੂਿਤਾਵਾਂ ਦੇਣ ਅਤੇ ਮੁਹੱਈਆ ਕਰਵਾਉਣਗੇ ਪੰਜਾਬ ਸਰਕਾਰ ਦੇ ਵੱਲੋਂ ਵੱਖ-ਵੱਖ ਵਿਭਾਗੀ ਪ੍ਰੀਖਿਆਵਾਂ ਦੇ ਲਈ ਅਰਜ਼ੀਆਂ ਮੰਗ ਲਈਆਂ ਗਈਆਂ ਨੇ ਪੰਜਾਬ ਸਰਕਾਰ ਤੋਂ 18 ਅਪ੍ਰੈਲ ਤੋਂ 22 ਅਪ੍ਰੈਲ ਤੱਕ ਹੋਣ ਵਾਲੀਆਂ ਸਹਾਇਕ ਕਮਿਸ਼ਨਰ ਵਾਧੂ ਸਹਾਇਕ ਕਮਿਸ਼ਨਰ ਆਈਪੀਐਸ ਅਫਸਰਾਂ ਤਹਿਸੀਲਦਾਰਾਂ ਮਾਲ ਕਰਮਚਾਰੀਆਂ ਤੇ ਹੋਰ ਵਿਭਾਗੀ ਪ੍ਰੀਖਿਆਵਾਂਾਂ ਦੇ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਰਾਤੇ ਚੱਲੀ ਮਨੋਹਰ ਸਰਕਾਰ ਹਰਿਆਣਾ ਵਿੱਚ ਭ੍ਰਸ਼ਟਾਚਾਰ ਰੋਕਣ ਦੇ ਲਈ ਬਣਾਈ ਹਾਈ ਪਾਵਰ ਕਮੇਟੀ। ਉਹਨਾਂ ਨੇ ਕਿਹਾ ਜੀ ਵਿਜੀਲੈਂਸ ਨੂੰ ਹੋਰ ਮਜ਼ਬੂਤ ਕੀਤਾ ਕਰਾਂਗੇ ਇਸ ਦਾ ਮੰਡਲ ਪੱਧਰ ਤੱਕ ਵਿਸਤਾਰ ਕੀਤਾ ਜਾਵੇਗਾ 1 ਕਰੋੜ ਤੋਂ ਘੱਟ ਤੇ ਸ਼੍ਰੇਣੀ ABC ਦੇ ਕਰਮਚਾਰੀਆਂ ਦਲੀ ਮੰਡਲ ਪਦਰੀ ਟੀਮ ਕੇਸ ਤੇ ਕੰਮ ਕਰੇਗੀ। ਸੀਐਮ ਨੇ ਕਿਹਾ ਕਿ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਨਹੀਂ ਹੋਣ ਦੇਵਾਂਗੇ। ਇਸ ਦੌਰਾਨ ਉਹਨਾਂ ਨੇ ਵੱਡਾ ਐਲਾਨ ਵੀ ਕੀਤਾ ਸੀਐਮ ਤੇ ਮੁੱਖ ਸਕੱਤਰ ਦੀ ਅਗਵਾਈ ਵਿੱਚ ਭ੍ਰਸ਼ਟਾਚਾਰ ਦੇ ਖਿਲਾਫ ਹਾਈ ਪਾਵਰ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ। ਕਤਲ ਦੇ ਦੋਸ਼ ਵਿੱਚ ਬੰਦ ਕੈਦੀ ਨੇ ਕੁਆਲੀਫਾਈ ਕੀਤੀ IIT ਦੀ ਪ੍ਰੀਖਿਆ ਦੇਸ਼ਪੁਰ ਦੇ ਵਿੱਚੋਂ ਪ੍ਰਾਪਤ ਕੀਤਾ 54ਵਾਂ ਰੈਂਕ। ਕਹਿੰਦੇ ਨੇ ਜੇਕਰ ਕੁਝ ਮਨਕ ਦੇ ਵਿੱਚ ਕਰਨ ਦੀ ਆਸ ਹੋਵੇ ਤਾਂ ਹਰ ਮੁਸ਼ਕਲ ਆਸਾਨੀ ਨਾਲ ਪਾਰ ਕੀਤੀ ਜਾ ਸਕਦੀ ਹੈ ਜੀ ਕਤਲ ਦੇ ਦੋਸ਼ ਵਿੱਚ ਜੇਲ੍ਹ ਦੇ ਵਿੱਚ ਬੰਦ ਇੱਕ ਨੌਜਵਾਨ ਕੈਦੀ ਨੇ ਅਜਿਹਾ ਕੁਝ ਕੀਤਾ ਦੀ ਗੱਲ ਕਰ ਰਹੇ ਹਾਂ ਕਤਲ ਕੇਸ ਤੋਂ ਜੇਲ੍ਹ ਤੋਂ ਬੰਦ ਸੂਰਜ ਕੁਮਾਰ ਜੀ ਜਿਸ ਨੇ IIT ਦੀ ਮਾਸਟਰ ਦੀ ਸਾਂਝੀ ਪ੍ਰੀਖਿਆ ਦੇ ਵੀ ਪਾਸ ਕੀਤੀ ਹੈ ਜਿਸ ਦੇ ਵਿੱਚ ਉਹਨੇ ਦੇਸ਼ ਭਰ ਦੇ ਵਿੱਚ 54ਵਾਂ ਰੈਂਕ ਹਾਸਲ ਕੀਤਾ ਹੈ ਉਸ ਦੀ ਕਾਮਯਾਬੀ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਦਾ ਵੱਡਾ ਯੋਗਦਾਨ ਹੈ 1 ਸਾਲ ਤੋਂ ਇੱਕ ਕਤਲ ਕੇਸ ਦੇ ਮੁੱਲਜਮ ਵਜੋਂ ਜੇਲ੍ਹ ਦੇ ਵਿੱਚ ਬੰਦ ਹੈ ਪੰਜਾਬ ਦੇ ਵਿੱਚ ਕਿਵੇਂ ਹੋਵੇਗਾ ਵਿਕਾਸ ਸਰਕਾਰ ਨੇ ਰੋਕੇ ਫੰਡ ਮੰਤਰੀ ਬੋਲੇ ਕੋਈ ਰਿਕਾਰਡ ਨਹੀਂ ਅੰਮ੍ਰਿਤਸਰ ਪਿੰਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਸਰਕਾਰ ਵੇਲੇ ਉਹਨਾਂ ਦੇ ਕਾਰਜਕਾਲ ਦੌਰਾਨ ಗ್ರಾಮ ਪੰਚਾਇਤਾਂ ਨੂੰ ਫੰਡ ਜਾਰੀ ਕੀਤੇ ਗਏ ਸਨ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਰੋਕ ਦਿੱਤਾ ਗਿਆ ਉਹਨਾਂ ਨੇ ਕਿਹਾ ਜੀ ਸਾਨੂੰ ਕਈ ਸ਼ਿਕਾਇਤਾਂ ਸਨ ਕਿ ਗਲੀਆਂ ਨਾਲੀਆਂ ਦਾ ਫੰਡ ਛੱਪੜਾ ਤੇ ਲਾ ਦਿੱਤਾ ਗਿਆ ਛੱਪੜਾਂ ਦਾ ਫੰਡ ਗਲੀਆਂ ਨਾਲੀਆਂ ਤੇ ਲਾ ਦਿੱਤਾ ਜਿਸ ਦੇ ਕਰਕੇ ਅਸੀਂ ਜਾਂਚ ਕਰਵਾਉਣ ਦੇ ਲਈ ਫੰਡ ਕਿਸ ਜਗ੍ਹਾ ਤੋਂ ਲਿਆ ਗਿਆ ਕਿਸ ਜਗ੍ਹਾ ਤੇ ਵਰਤਿਆ ਗਿਆ ਇਸ ਦੀ ਦੂਰੀ ਦੂਰ ਦੁਰਵਰਤੋਂ ਤਾਂ ਨਹੀਂ ਹੋਈ ਜਿਸ ਨੂੰ ਲੈ ਕੇ ਅਸੀਂ ਇਹ ਫੰਡ ਰੋਕ ਦਿੱਤੇ ਹਨ ਉਹਨਾਂ ਨੇ ਕਿਹਾ ਜੀ ਸਾਡੇ ਕੋਲ ਇਸ ਦਾ ਕੋਈ ਰਿਕਾਰਡ ਨਹੀਂ ਇਹ ਫੰਡ ਕਿੱਥੋਂ ਤੇ ਕਿਸ ਜਗ੍ਹਾ ਲਈ ਵਰਤਿਆ ਗਿਆ ਹੈ ਅਸੀਂ ਇਸ ਦੀ ਜਾਂਚ ਕਰਵਾ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮਾਨਕ ਤੇ ਹਮਲਾ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਸਿੱਖ ਬੁੱਕ ਕਲੱਬ ਪਬਲਿਸ਼ਰ ਦੇ ਮਾਲਕ ਥਮਿੰਦਰ ਸਿੰਘ ਆਨੰਦ ਵੱਲੋਂ ਅਮਰੀਕਾ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਆਗਿਆ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਛਾਪਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਛਾਪਨ ਦੀ ਸੂਚਨਾ ਪੁੱਜਨ ਤੇ ਤੁਰੰਤ ਨੋਟਿਸ ਲੈਂਦਿਆਂ ਕਿਹਾ ਕਿਸੇ ਵੀ ਵਿਅਕਤੀ ਨੂੰ ਗੁਰਬਾਣੀ ਨਾਲ ਛੇੜਛਾੜ ਕਰਨ ਜਾਂ ਲਗਾਮਾਂ ਤਰਾਵਾਂ ਲਾਉਣ ਦਾ ਕੋਈ ਅਧਿਕਾਰ ਨਹੀਂ ਥਮਿੰਦਰ ਸਿੰਘ ਆਨੰਦ ਵੱਲੋਂ ਇਹ ਇੱਕ ਸੂਚੀ ਸੰਬਧੀ ਸਾਜ਼ਿਸ਼ ਤੇ ਅਦੀਨਕਾਰਾ ਕੀਤਾ ਗਿਆ ਹੈ ਉੱਤਰੀ ਕੋਰੀਆ ਦੇ ਜਵਾਬ ਵਿੱਚ ਦੱਖਣੀ ਕੋਰੀਆ ਨੇ ਮਚਾਈ ਤਬਾਹੀ ਜ਼ਮੀਨੀ ਸਮੁੰਦਰੀ ਹਵਾਈ ਮਜਾਲਾਂ ਦਾਗੀਆਂ ਉੱਤਰੀ ਕੋਰੀਆ ਦੇ ਵਿੱਚ ਅੱਜ ਸਮੁੰਦਰ ਵਿੱਚ ਇੰਟਰ ਕੌਂਟੀਨੈਂਟਲ ਬੈਲਿਸਟਿਕ ਮਜਾਲ ਦਾਗੀ ਜਵਾਬ ਵਿੱਚ ਦੱਖਣੀ ਕੋਰੀਆ ਨੇ ਮਜਾਲਾਂ ਦੀ ਇੱਕ ਬੈਰਜ ਦਾਗੇ ਦੱਖਣੀ ਕੋਰੀਆ ਦੀ ਫੌਜ ਨੇ ਕਿਹਾ ਕਿ ਉੱਤਰੀ ਕੋਰੀਆ ਵੱਲੋਂ ਅੱਜ ਇੱਕ ਨਵੀਂ ਅੰਤਰਮਹਾਦੀਪੀ ਬੈਲਿਸਟਿਕ ਮਿਜ਼ਾਈਲ ਦੇ ਪ੍ਰੀਖਣ ਦੇ ਜਵਾਬ ਵਿੱਚ ਮੈਲ ਜਾਲਾਂ ਦਾ ਇੱਕ ਬੈਰਾਜ ਤਿਆਰ ਕੀਤਾ ਗਿਆ ਹੈ। ਜੋਗੀ ਅਦਿੱਤਿਆਨਾਥ ਚੁਣੇ ਗਏ ਭਾਜਪਾ ਵਿਧਾਇਕ ਦਲ ਦੇ ਨੇਤਾ ਸੋ ਜੋਗੀ ਅਦਿੱਤਿਆਨਾਥ ਨੂੰ ਅੱਜ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਸੀਨੀਅਰ ਨੇਤਾ ਸੁਰੇਸ਼ ਕੰਨਾ ਨੇ ਜੋਗੀ ਦਿੱਤਿਆ ਨਾਮ ਦੇ ਪ੍ਰਸਤਾਵ ਰੱਖਿਆ ਲਖਨਊ ਦੇ ਲੋਕ ਸਭਾ ਤੇ ਲੋਕ ਭਵਨ ਦੇ ਵਿੱਚ ਹੋਈ ਵਿਧਾਇਕ ਦਲ ਦੀ ਬੈਠਕ ਵਿੱਚ ਕੇਂਦਰੀ ਅਬਜ਼ਰਵਰ ਅਮਿਤ ਸ਼ਰਗੁਬਾ 10 ਅਤੇ ਭਾਜਪਾ ਇਨਚਾਰਜ 트ਮਿੰਦਰ ਪ੍ਰਧਾਨ ਵੀ ਮੌਜੂਦ ਸਨ ਕਮਿਸ਼ਨ ਕਸ਼ਮੀਰ ਫਾਈਲਸ ਨੂੰ ਟੈਕਸ ਫਰੀ ਕਰਨ ਤੇ ਆਰਵਿੰਦ ਕੇਜਰੀਵਾਲ ਦਾ ਬਿਆਨ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਨੇ ਕਸ਼ਮੀਰ ਫਾਈਲਸ ਤੇ ਪ੍ਰਤੀਕਿਰਿਆ ਦਿੱਤੀ ਹੈ ਵਿਧਾਨ ਸਭਾ ਦੇ ਵਿੱਚ ਟੈਕਸ ਫਰੀ ਕਰਨ ਤੇ ਜਵਾਬ ਮੰਗਿਆ ਆਦਰਸ਼ ਗੁਪਤਾ ਨੇ ਇਸ ਉਠਾਇਆ ਸੀ ਇਹ ਸਵਾਲ ਸੋ ਭਾਜਪਾ ਦੀ ਦਿੱਲੀ ਕਾਈ ਦੇ ਪ੍ਰਧਾਨ ਆਦਰਸ਼ ਗੁਪਤਾ ਨੇ ਕਸ਼ਮੀਰ ਫਾਈਲਸ ਨੂੰ ਟੈਕਸ ਮੁਕਤ ਕਰਨ ਦੀ ਮੰਗ ਕੀਤੀ ਸੀ ਵੋਟ ਲਾਉਣ ਨੂੰ ਲੈ ਕੇ ਭਾਖੀ ਸਿਆਸਤ ਪ੍ਰਤਾਪ ਸਿੰਘ ਬਾਜਵਾ ਨੇ ਸੀਐਮ ਮਾਨ ਨੂੰ ਚਿੱਠੀ ਲਿਖ ਕੇ ਕੀਤੀ ਮੰਗ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਬਾਜਵਾ ਨੇ ਕਿਹਾ ਕਿ ਉਹਨਾਂ ਨੇ ਵੋਟ ਲਾਉਣ ਬਾਰੇ ਅਫਸਰਾਂ ਦੇ ਤੱਥ ਲੁਕਾਏ ਨੇ ਇਸ ਤੱਥ ਲੁਕਾਉਣ ਵਾਲੇ ਅਫਸਰਾਂ ਦੇ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਵਿਧਾਨ ਸਭਾ ਦੇ ਵਿੱਚ ਵੋਟ ਲਾਉਣੇ ਸੌਖੇ ਨਹੀਂ ਪ੍ਰਤਾਪ ਬਾਜਵਾ ਨੇ ਚਿੱਠੀ ਦੇ ਵਿੱਚ ਲਿਖਿਆ ਕਿ ਵਿਧਾਨ ਸਭਾ ਕੰਪਲੈਕਸ ਚੰਡੀਗੜ੍ਹ ਚੰਡੀਗੜ੍ਹ ਕੈਪੀਟਲ ਕੰਪਲੈਕਸ ਦਾ ਹਿੱਸਾ ਜੋ ਵਰਲਡ ਹੈਰੀਟੇਜ ਸਾਈਟਾ ਇਸ ਤੇ ਜਗ੍ਹਾ ਤੇ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਕਰਨ ਲਈ ਸਬੰਧਤ ਅਥਾਰਟੀ ਦੇ ਕੋਲੋਂ ਆਗਿਆ ਲੈਣੀ ਪੈਂਦੀ ਹੈ ਇਸ ਤੋਂ ਇਲਾਵਾ ਸਬੰਧਤ ਅਥਾਰਟੀ ਦੀ ਆਗਿਆ ਤੋਂ ਬਿਨਾ ਇੱਥੇ ਕਿਸੇ ਦਾ ਬੋਤ ਨਹੀਂ ਲਾਇਆ ਜਾ ਸਕਦਾ ਸਿੱਖ ਸੰਗਤ ਸਾਡਾ ਸਾਥ ਦੇਵੇ ਤਾਂ ਜੋ ਬਾਤਲ ਕੁੰਬੇ ਤੋਂ ਗੁਰੂ ਘਰਾਂ ਨੂੰ ਆਜ਼ਾਦ ਕਰਾਇਆ ਜਾ ਸਕਣ ਭਾਈ ਰਣਜੀਤ ਸਿੰਘ ਪੰਥਕ ਅਕਾਲੀ ਲਹਿਰ ਦੀ ਇੱਕ ਭਾਰਮੀ ਮੀਟਿੰਗ ਦੇ ਵਿੱਚ ਅਮਨ ਕਲੇਵਸਰ ਸਰਹੰਦ ਨਿਰਮਲ ਸਿੰਘ ਦੇ ਗ੍ਰਹਿ ਵਿਖੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਪਾਈ ਰਣਜੀਤ ਸਿੰਘ ਸਾਫਕਾ ਜਥੇਦਾਰ ਸ਼੍ਰੀ ਕਾਲ ਤਖਤ ਸਾਹਿਬ ਨੇ ਕਿਹਾ ਕਿ ਹੁਣ ਮੌਕਾ ਹੈ ਕਿ ਨਿੱਜਵਾਦ ਪਰਿਵਾਰਵਾਦ ਅਤੇ ਮੌਕਾ ਪ੍ਰਸਤ ਬਾਦਲਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਰدار ਅਸਤਾਦ ਦਿਖਾਇਆ ਜਾ ਸਕੇ ਇਸ ਮੌਕੇ ਹਲਕਾ ਫਤੇਗੜ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਵਿਰੋਧੀ ਧਿਰ ਦੇ ਵੱਜੋਂ ਐਗਜ਼ੈਕਟਿਵ ਮੈਂਬਰ ਪਾਈ ਗ੍ਰੋਪੀ ਸਿੰਘ ਨੂੰ ਦਾ ਬਣ ਕੇ ਆਜੋ ਤੱਕ ਬਾਦਲ ਪਰਿਵਾਰ ਦੇ ਕਬਜ਼ੇ ਵਿੱਚ ਸ਼੍ਰੋਮਣੀ ਕਮੇਟੀ ਰਹੇਗੀ ਉਦੋਂ ਤੱਕ ਸੰਗਤ ਦੇ ਚੜਾਵੇ ਦੀ ਦਰਬਾਰ ਤੋਂ ਰੋਕ ਨਹੀਂ ਸਕੇਗੀ ਲਾਬ ਸਿੰਘ ਉਗੋਕੇ ਨੇ ਨਗਰ ਕੌਂਸਲਰ ਨੂੰ ਜਾਰੀ ਕੀਤੇ ਦੇਸ਼ ਬੇਰੋਜ਼ਗਾਰ ਅਧਿਆਪਕਾਂ ਦੇ ਨਾਲ ਕੀਤੀ ਮੁਲਾਕਾਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਕਿਸੇ ਵੀ ਨਵੇਂ ਕੰਮ ਨੂੰ ਸ਼ੁਰੂ ਕਰਨ ਨਾ ਕਰਨ ਤੇ ਨਾ ਹੀ ਕਿਸੇ ਠੇਕੇਦਾਰ ਕੋਲੋਂ ਕੋਈ ਐਡਵਾਂਸ ਸਿੱਕਾਰਾਂਹੀਂ ਅਦਾਇਗੀ ਕੀਤੀ ਜਾਵੇ ਜੇਕਰ ਅਜਿਹਾ ਹੁੰਦਾ ਤਾਂ ਉਹ ਖੁਦ ਅਧਿਕਾਰੀ ਜ਼ਿੰਮੇਵਾਰ ਹੋਣਗੇ ਉਗੋਕੇ ਨੇ ਤਪਾ ਮੰਡੀ ਵਿਖੇ ਦੱਸਿਆ ਕਿ ਨਗਰ ਕੌਂਸਲ ਤਪਾ ਦੇ ਪਤੌੜ ਖੇਤਰ ਅਧੀਨ ਪੁਰਾਣੇ ਕੰਮਾਂ ਨੂੰ ਚੱਲਦਾ ਰੱਖਣ ਲਈ ਨਵੇਂ ਕੰਮਾਂ ਨੂੰ ਸ਼ੁਰੂ ਕਰਨ ਦੀ ਹਦਾਇਤ ਦਿੱਤੀ ਗਈ ਹੈ ਚੰਡੀਗੜ੍ਹ ਤੋਂ ਨਹੀਂ ਲੱਗ ਸਕੇਗਾ ਕੋਈ ਵੀ ਬੁੱਤ ਆਪ ਨੇ ਕੀਤੇ ਸਨ ਦਾਵੇ ਸੋ ਵੱਡੀ ਖਬਰ ਆ ਬਿਗ ਬ੍ਰੇਕਿੰਗ ਨਿਊਜ਼ ਆ ਜੀ ਚੰਡੀਗੜ੍ਹ ਦਾ ਕਾਨੂੰਨ ਕੁਝ ਹੋਰ ਹੀ ਕਹਿੰਦਾ ਚੰਡੀਗੜ੍ਹ ਦੇ ਨਿਰਮਾਤਾ ਲੀ ਕਾਰਗੂਜੀਆ ਦੇ ਲਿਖੇ ਦਸਤਾਵੇਜ਼ਾਂ ਦੇ ਹਿਸਾਬ ਨਾਲ ਚੰਡੀਗੜ੍ਹ ਵਿੱਚ ਕਿਸੇ ਦੇ ਬੋਤਲਾਂ ਦੀ ਮਨਜ਼ੂਰੀ ਨਹੀਂ ਮਿਲ ਸਕਦੀ ਕਿਉਂਕਿ ਵਿਧਾਨ ਸਭਾ ਦੀ ਇਮਾਰਤ ਉੱਤੇ ਚੰਡੀਗੜ੍ਹ ਪ੍ਰਸ਼ਾਸਨ ਦਾ ਮਾਲਕਾਨਾ ਹੱਕ ਹੈ ਪੁਲਿਸ ਨੇ ਅਕਾਲੀ ਆਗੂ ਕਰਨ ਕੁਮਾਨ ਨੂੰ ਅੱਜ ਸੁਨਾਮ ਅਦਾਲਤ ਦੇ ਵਿੱਚ ਕੀਤਾ ਪੇਸ਼ ਭਗਵੰਤਮਾਨ ਦੇ ਕਾਫਲੇ ਤੇ ਹਮਲੇ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਸ਼ਰੂਮਨੀ ਕਾਲੀ ਦਲ ਦੇ ਆਗੂ ਕਰਨ ਕੁਮਾਰ ਨੂੰ ਪੁਲਿਸ ਥਾਣਾ ਦੜਬਾ ਦੀ ਟੀਮ ਦੇ ਵੱਲੋਂ ਐਸਐਚਓ ਇੰਸਪੈਕਟਰ ਵਿਜੇ ਕੁਮਾਰ ਦੀ ਗਵਾਹੀ ਵਿੱਚ ਮਾਨਯੋਗ ਆਕਾਸ਼ ਦੀਪ ਸਿੰਘ ਮਲਵਾਈ ਸਿਵਲ ਜੱਜ ਯੂਨੀਅਰ ਡਿਵੀਜ਼ਨ ਸੁਨਾਮ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਹੰਦਾ 7 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਪਰ ਕਰਨ ਕੁਮਾਰ ਦੇ ਵਕੀਲਾਂ ਵੱਲੋਂ ਪੁਲਿਸ ਰਿਮਾਂਡ ਦਾ ਵਿਰੋਧ ਕੀਤਾ ਗਿਆ ਅਦਾਲਤ ਵੱਲੋਂ ਉਸ ਨੂੰ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ਪੰਚਾਇਤੀ ਫੰਡ ਰੋਕਣ ਤੇ ਖੈਰਾ ਦਾ ਸੀਐਮ ਮਾਨ ਤੇ ਹਮਲਾ ਬੋਲਿਆ ਉਹੀ ਚਾਲਾਂ ਕਿੱਥੇ ਆ ਬਦਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਚਰਨਜੀਤ ਚੰਨੀ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਸਰਕਾਰ ਵੱਲੋਂ ਪੰਚਾਇਤੀ ਫੰਡਾਂ ਨੂੰ ਜਾਰੀ ਕਰਨ ਦੇ ਹੁਕਮ ਤੇ ਰੋਕ ਲਾਉਣ ਦੇ ਹੁਕਮਾਂ ਤੇ ਕਾਂਗਰਸ ਦੇ ਆਗੂ ਸੁਖਪਾਲ ਸਿੰਘ ਖੈਰਾ ਨੇ ਵੱਡਾ ਹਮਲਾ ਬੋਲਿਆ ਖੈਰਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਪੰਚਾਇਤ ਨੂੰ ਦਿੱਤੀਆਂ ਜਾਂਦੀਆਂ ਗ੍ਰਾਂਟਾਂ ਨੂੰ ਰੋਕਣਾ ਇੱਕ ਪਿਸ਼ਾਖੜੀ ਫੈਸਲਾ ਹੋਂ ਦੇ ਨਾਲ ਨਾਲ ਜ਼ਮੀਨੀ ਜੜ ਲੋਕਤੰਤਰ ਤੇ ਸਿੱਧਾ ਹਮਲਾ ਹੈ। ਉਹਨਾਂ ਨੇ ਕਿਹਾ ਜੀ ਇਸ ਦਾ ਮਕਸਦ ਸਰਪੰਚਾਂ ਨੂੰ ਬਾਹਾਂ ਮੋੜ ਕੇ ਆਪਣੇ ਦੇ ਵਿੱਚ ਸ਼ਾਮਲ ਕਰਨਾ ਹੈ। ਗੁਰਦੁਆਰੇ ਮੰਦਰ ਦੇ ਸਹਾਰਾ ਲੈ ਕੇ ਸਕੂਲ ਦੀਆਂ ਗਣਾਈਆਂ ਜਾ ਰਹੀਆਂ ਪ੍ਰਾਪਤੀਆਂ ਸੂ ਸਿੱਖਿਆ ਵਿਭਾਗ ਦਾ ਨਵਾਂ ਉਪਰਾਹਲਾ ਹੁਣ ਗੁਰਦੁਆਰੇ ਮੰਦਰਾਂ ਦਾ ਸਹਾਰਾ ਲੈ ਕੇ ਸਕੂਲਾਂ ਦੀਆਂ ਗਣਾਈਆਂ ਜਾ ਰਹੀਆਂ ਉਪਲਬਧੀਆਂ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇਣ ਰਹੇ ਸਰਕਾਰੀ ਸਕੂਲਾਂ ਦੇ ਵਿੱਚ ਵਧ ਗਏ ਨੇ ਦਾਖਲੇ। ਸੋ ਜਿਹੜੀਆਂ ਹੁਣ ਉਪਲਬਧੀਆਂ ਕਰਵਾਈਆਂ ਜਾ ਰਹੀਆਂ ਨੇ ਪਿੰਡਾਂ ਦੇ ਵਿੱਚ ਸਪੀਕਰਾਂ ਦੇ ਰਾਹੀਂ ਦੋਸਤੋ ਅਗਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬ ਲੋਕ ਕਾਂਗਰਸ ਦੇ ਬਲਾਰੇ ਬੱਲਿਆਵਾਲ ਨੇ ਨਵਜੋਤ ਸਿੱਧੂ ਤੇ ਨਿਸ਼ਾਨਾ ਸਾਧਿਆ ਜੀ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਮਨਮਾਨੀ ਤੇ ਰੋਕ ਲਾਉਣ ਲਈ ਭਾਜਪਾ ਅਗੂ ਰਵਿੰਦਰ ਖੰਨਾ ਨੇ ਸੀਐਮ ਮਾਨ ਨੂੰ ਪੱਤਰ ਲਿਖਿਆ ਜੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਸਥਿਰ ਨੇ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਅੱਜ ਦੇ ਰੇਟ ਜਾਣਨ ਲਈ ਚੈਨਲ ਤੇ ਪਾਈ ਸ਼ਾਰਟ ਵੀਡੀਓ ਚੈੱਕ ਕਰੋ ਨਿਊਜ਼ੀਲੈਂਡ 2021 ਰੈਜ਼ੀਡੈਂਟ ਵੀਜ਼ਾ ਪੱਕੀਆਂ ਮੂਰਾਂ ਵਾਲੀਆਂ ਮਸ਼ੀਨਾਂ ਦਾ ਲੇਖਾ ਜੋਖਾ ਜਿਹੜਾ ਜਾਨਣਾ ਚਾਹੁੰਦੇ ਹੋ ਤਾਂ ਚੈਨਲ ਤੇ ਪਾਈ ਸ਼ਾਰਟ ਵੀਡੀਓ ਚੈੱਕ ਕਰੋ ਕਣਕ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਆਪ ਵਿਧਾਇਕ ਪੱਪਾ ਭਰ ਚੁਣੌਤੀਆਂ ਦੇ ਨਾਲ ਨਜਿੱਠਣ ਦੇ ਲਈ ਹੋ ਚੁੱਕੇ ਨੇ ਤਿਆਰ ਕਟਗਿੰਤੀ ਕਮਿਸ਼ਨ ਨੇ ਮਜੀਠਾ ਚ ਗੁੱਜਰ ਕਤਲੇਆਮ ਦਾ ਲਿਆ ਗੰਭੀਰ ਨੋਟਿਸ ਪੁਲਿਸ ਨੂੰ 30 ਮਾਰਚ ਤੱਕ ਸਾਰੇ ਮਲਜ਼ਮਾਂ ਨੂੰ ਗ੍ਰਫਤਾਰ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ